जाइए प्रदेश प्रोग्राम तुहाडा सब दा स्वागत है। अजस्त तों लैके चल रहे अब्रॉड वीज़ा सर्विसिज जो कि तरन तारण विखे स्थित है। इत्थे बच्चों लई स्टडी वीज़ा, वर्क वीज़ा, PR, टूरिस्ट वीज़ा, ओपन वर्क परमिट की फैसिलिटी मौजूद है। जेकर तुसीं भी बाहर जाने का सपना पूरा करना चाहते हो तो अब्रॉड वीज़ा सर्विस नाल जरूर संपर्क करो। साडी टीम ने इत्थों दे ओनर कमरपाल सिंह अते अमरप्रीत सिंह जी नाल गलबात की, जिन्हां ने सानूं अब्रॉड वीज़ा सर्विसिज बारे विस्तार नाल जानकारी दित्ती। आओ लैके चलदे हां तुहानूं अब्रॉड वीज़ा सर्विसिज तरन तारण। दर्शकों की जय प्रदेश प्रोग्राम च तुहाडा स्वागत है। जैसे आए अब्रॉड वीज़ा सर्विसिज, जिन्हां ने एक छोटा जिहा बूटा जिहड़ा ओह लगाया इन्हां ने चबाल विखे, और धीरे धीरे जो बच्चों ने आईलैट्स कीतियां बहुत बच्चों वीज़ाज आए, और उस तो बाद हम इमीग्रेशन के फील्ड भी इन्होंने अपनी धाक जमाई है तरन तारण के बिल्कुल बस स्टैंड के कोल। स्वागत है साडा दोनों वीरों का, जिहड़े एजुकेशनिस्ट ने जिन्होंने बहुत वधिया एजुकेशन लैके और लंबे समय तो तकरीबन 5-6 साल तो इस फील्ड के दोनों सेवा कर रहे हैं। भाई जी स्वागत है तुहाडा दोनों का साडे स्पैशल शो च। थैंक यू सर जी। थैंक यू सो मच सर, ਤੁਹਾਡਾ ਇੱਥੇ ਆਉਣ ਦੇ ਸਵਾਗਤ ਕਰਦੇ ਆ। ਪਹਿਲਾਂ ਤਾਂ ਬਾਈ ਜੀ ਇੱਕ ਇੰਜੀਨੀਅਰਿੰਗ ਨੂੰ ਪੜਾਉਣ ਵਾਲਾ ਬੰਦਾ ਔਰ ਇਸ ਫੀਲਡ ਦੇ ਵਿੱਚ ਇਸ ਫੀਲਡ 'ਚ ਇੰਜੀਨੀਅਰਿੰਗ ਕਰਨੀ ਸ਼ੁਰੂ ਕਰਤੀ, ਜਿਸ ਤਰੀਕੇ ਦੇ ਨਾਲ ਤੁਹਾਡੇ ਆਈਲੈਟਸ ਵਾਲੇ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਪਰਸਨੈਲਿਟੀ ਡਿਵੈਲਪਮੈਂਟ, ਮਾਈਂਡ ਸੈਟਅਪ, ਉਹਨਾਂ ਦੀ ਬੋਡੀ ਲੈਂਗੁਏਜ ਹਰ ਚੀਜ਼ ਚੇਂਜ ਕਰਦੇ ਹੋ, ਕੀ ਕਹਿਣਾ ਚਾਹੋਗੇ ਕਿ ਐਜੂਕੇਸ਼ਨ ਬਹੁਤ ਵੱਡਾ ਫੀਲਡ ਹੈ ਔਰ ਉਹਦੇ ਵਿੱਚ ਕੇਵਲ ਆਈਲੈਟਸ ਕਰਾ ਕੇ ਇੰਗਲਿਸ਼ ਸਿਖਾਉਣਾ ਹੀ ਨਹੀਂ ਕੰਮ, ਜਿਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਕੇ ਬਹੁਤ ਉੱਪਰ ਲੈ ਕੇ ਜਾ ਰਹੇ ਹੋ, ਕੀ ਕਹਿਣਾ ਚਾਹੋਗੇ? ਸਰ ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਅੱਜ ਦੇ ਹਾਲਾਤ ਜਿਹੜੇ ਹੈਗੇ ਆ ਪੰਜਾਬ ਦੇ, ਕਿ ਸਾਰੇ ਜਣੇ ਚਾਹੁੰਦੇ ਆ ਕਿ ਅਸੀਂ ਬਾਹਰ ਜਾਣਾ ਹੈ। ਅਸੀਂ ਵੀ ਐਜੂਕੇਸ਼ਨ ਲਾਈਨ ਦੇ ਵਿੱਚ ਰਹੇ ਹਾਂ, ਮੈਂ ਇੰਜੀਨੀਅਰਿੰਗ ਕਾਲਜ ਦੇ ਵਿੱਚ 8-9 ਸਾਲ ਦਾ ਤਜਰਬਾ ਮੇਰਾ। ਸੋ ਇਹੀ ਦੇਖਿਆ ਆ ਕਿ ਕੁਛ ਕੁ ਸਮੇਂ ਦੇ ਵਿੱਚ, ਜੇ ਪਿਛਲਾ ਥੋੜ੍ਹਾ ਜਿਹਾ ਸਮਾਂ ਆਪਾਂ ਦੇਖੀਏ ਤਾਂ ਸਾਰਿਆਂ ਦਾ ਜਿਹੜਾ ਰੁਝਾਨ ਆ ਉਹ ਬਾਹਰ ਜਾਣ ਦਾ ਆ, ਕਿ ਮੈਂ ਯਾਰ ਫੋਰਨ ਦੇ ਵਿੱਚ ਪੜ੍ਹਨਾ ਆ। ਸੋ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਹੈ ਵੀ ਵਧੀਆ, ਕਿਉਂਕਿ ਜੇ ਆਪਾਂ ਇੱਥੇ 3-4 ਸਾਲ ਪੜ੍ਹਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ 3-4 ਸਾਲਾਂ ਦੇ ਵਿੱਚ ਸੈਟਲ ਹੋ ਪਾ ਰਹੇ ਹਾਂ। ਸੋ ਵਧੀਆ ਚੀਜ਼ ਇਹ ਕੀ ਆ ਕਿ ਫੋਰਨ ਦੇ ਵਿੱਚ ਆਪਦੀ ਸਟੱਡੀ ਕਰੋ, ਵਿਦਇਨ 4 ਈਅਰਸ ਯੂ ਕੈਨ ਗੈਟ PR ਇਨ ਕੈਨੇਡਾ ਔਰ ਆਸਟ੍ਰੇਲੀਆ ਐਸ ਵੈਲ, ਕਿ ਕੋਈ ਵੀ ਜਿਹੜੀ ਚੰਗੀ ਕੰਟਰੀ ਹੈਗੀ ਆ, ਮੈਨੂੰ ਲੱਗਦਾ ਕੈਨੇਡਾ ਆਸਟ੍ਰੇਲੀਆ ਇਜ਼ ਬੈਟਰ ਵਨ ਫੋਰ, ਜੇ ਆਪਾਂ ਸਾਰਿਆਂ ਦੀ ਗੱਲ ਕਰੀਏ ਤਾਂ। ਸੋ ਮੈਂ ਹਾਈਲੀ ਰਿਕਮੈਂਡ ਵੀ ਕਰੂੰਗਾ ਕਿ ਵਧੀਆ ਕੰਟਰੀਜ਼ ਦੇ ਵਿੱਚ ਜਾਓ, ਅੱਛਾ ਬੈਂਡ ਸਕੋਰ ਲਓ। ਪਹਿਲਾਂ ਤਾਂ ਜਿਹੜਾ ਮੈਂ ਪਲੱਸ ਟੂ ਵਾਲੇ ਐਗਜ਼ਾਮਸ ਹੋ ਰਹੇ ਨੇ, 2022 ਦੇ ਐਗਜ਼ਾਮਸ ਹੋ ਰਹੇ ਨੇ, ਤਾਂ ਮੈਂ ਇਹੋ ਰਿਕਮੈਂਡ ਕਰੂੰਗਾ ਕਿ ਆਪਦੇ ਜਿਹੜੇ ਮਿਨੀਮਮ ਸਕੋਰ ਜਿਹੜਾ ਹੈਗਾ ਆ ਉਹਨੂੰ ਅਚੀਵ ਕੀਤਾ ਜਾਵੇ, ਡੈਟ ਇਜ਼ 6 ਈਚ ਓਵਰਆਲ, ਮਤਲਬ ਸਾਰਿਆਂ ਦੇ ਵਿੱਚੋਂ ਮੋਡਿਊਲਸ ਸਾਰਿਆਂ ਨੂੰ ਪਤਾ ਹੀ ਹੈਗੇ ਨੇ, ਲਿਸਨਿੰਗ, ਰੀਡਿੰਗ, ਰਾਈਟਿੰਗ, ਸਪੀਕਿੰਗ, ਰਾਈਟ। ਸੋ ਆਪਦਾ ਜਿਹੜਾ ਡ੍ਰੀਮ ਹੈਗਾ ਆ ਪੂਰਾ ਕਰੋ, ਤਾਂ ਵਿਦਇਨ 3-4 ਈਅਰ ਦੇ ਵਿੱਚ ਮੈਨੂੰ ਲੱਗਦਾ ਕਿ ਪੱਕੇ ਹੋ ਜਾਈਦਾ ਹੈ ਉੱਥੇ, ਹਨਾ, ਆਫਟਰ ਗ੍ਰੈਜੂਏਸ਼ਨ ਔਰ ਆਫਟਰ ਡਿਪਲੋਮਾ। ਵੀਰ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੋਸਤਾਂ ਨੇ ਮਿਲ ਕੇ, 3 ਦੋਸਤਾਂ ਨੇ ਮਿਲ ਕੇ ਇਹ ਜਿਹੜੀ ਪਾਲੀ ਸੰਭਾਲੀ, ਔਰ ਇੱਕ ਦੋਸਤ ਜਿਹੜਾ ICICR ਦਾ ਮੈਂਬਰ ਕੈਨੇਡਾ ਦੇ ਵਿੱਚ ਹੈ ਔਰ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਉਹ ਕੈਨੇਡਾ 'ਚ ਕਰ ਰਿਹਾ, ਤੁਹਾਡੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਜਾ ਕੇ ਵੀ ਆਪਣਾ ਘਰ ਵਰਗਾ ਮਹਿਸੂਸ ਹੁੰਦਾ, ਕਿਉਂਕਿ ਤੁਸੀਂ 3 ਦੋਸਤਾਂ ਨੇ ਮਿਲ ਕੇ ਬੂਟਾ ਲਾਇਆ ਸੀਗਾ, ਕੀ ਕਹਿਣਾ ਚਾਹੋ? ਹਾਂਜੀ, ਸਭ ਤੋਂ ਪਹਿਲਾਂ ਤਾਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੱਦਾਂ ਕਿ ਅਸੀਂ 2 ਫਰੈਂਡ ਜਿਹੜੇ ਪੂਰੇ ਪਾਟਨਾ ਦੇ ਹਾਂ, ਇੱਥੇ ਰਹਿੰਦੇ ਹਾਂ ਔਰ ਬਕਾਇਦਾ ਸਾਡਾ ਲੋਕਲ ਇੱਥੋਂ ਦਾ ਰਹਿਸ਼ ਹੈ ਜੀ ਤਰਨ ਤਾਰਨ ਦੇ ਵਿੱਚ, ਔਰ ਜਿਹੜੇ ਸਾਡੇ 3 ਮਿੱਤਰ ਨੇ, ਸਾਡੇ ਫਰੈਂਡ ਨੇ, ਐਜ਼ ਅ ਪਾਰਟਨਰ ਵੀ ਨੇ, ਉਹ ਅਬਰੋਡ ਵੀਜ਼ਾ ਸਰਵਿਸਿਸ ਉਹਨਾਂ ਨੇ ਕੈਨੇਡਾ ਦੇ ਵਿੱਚ ਵੀ ਮਿਸਿਸੌਗਾ ਦੇ ਵਿੱਚ ਉਹਨਾਂ ਦਾ ਆਫਿਸ ਹੈ, ਔਰ ਬਕਾਇਦਾ ਜਿਹੜੇ ਬੱਚੇ ਅਸੀਂ, ਕਿਉਂਕਿ ਇਹ ਨਹੀਂ ਦੇਖਦੇ ਕਿ ਜਿਹੜੇ ਬੱਚੇ ਨੇ ਇੱਕ ਵਾਰੀ ਸਾਡੇ ਕੋਲ ਫਾਈਲ ਲਗਾ ਲਈ ਤੇ ਬਾਅਦ ਚੋਂ ਅਸੀਂ ਉਹਦਾ ਖਿਆਲ ਨਹੀਂ ਰੱਖਣਾ, ਅਸੀਂ ਬਕਾਇਦਾ ਬੱਚੇ ਨੂੰ ਆਪਣੇ ਉੱਥੇ ਕੈਨੇਡਾ ਲੈਂਡ ਕਰਨ ਤੋਂ ਬਾਅਦ ਵਰਕ ਸਟੱਡੀ ਨੂੰ ਵਰਕ ਤੋਂ ਵਿੱਚ, ਫਿਰ ਤੁਸੀਂ PR ਦੇ ਲੈਣ ਵਿੱਚ ਵੀ ਅਸੀਂ ਫੁੱਲੀ ਉਹਦੀ ਸਹਾਇਤਾ ਕਰਦੇ ਹਾਂ, ਉਹਦੀ ਪੂਰੀ ਮਦਦ ਕੀਤੀ ਜਾਂਦੀ ਹੈ। ਇਹ ਨਹੀਂ ਕਿ ਬੱਚੇ ਨੂੰ ਅੱਜ ਇੱਥੋਂ ਦਾ ਵੀਜ਼ਾ ਦਵਾ ਕੇ ਅਸੀਂ ਕੈਨੇਡਾ ਵਾਸਤੇ ਛੱਡ ਦਿੱਤਾ ਜਾਏ, ਬਿਲਕੁਲ ਐਸੀ ਕੋਈ ਗੱਲ ਨਹੀਂ। ਸਾਡੇ ਕੈਨੇਡਾ ਦੇ ਵਿੱਚ ਆਫਿਸ ਦੇ ਵਿੱਚ ਜਿਹੜੇ ਸਾਡੇ ਥਰਡ ਪਾਰਟਨਰ ਨੇ, ਉਹ ਉਹਨਾਂ ਦੀ ਬਿਲਕੁਲ ਉਹਨਾਂ ਦੀ ਹੈਲਪ ਕੀਤੀ ਜਾਂਦੀ ਆ, ਈਵਨ ਉਹ ਜੋਬ ਫਾਈਂਡ ਕਰਨ ਵਾਸਤੇ ਵੀ ਉਹ ਜੋਬ ਉਹਨਾਂ ਨੂੰ ਲੱਭ ਕੇ ਵੀ ਦੇ ਦਿੰਦੇ ਨੇ, ਉਹਨਾਂ ਦੀ ਜਿਹੜੀ ਉਹਨਾਂ ਦੇ ਕੋਰਸ ਦੇ ਰਿਗਾਰਡਿੰਗ ਜਿਹੜੀ ਜੋਬ ਆ ਉਹਨਾਂ ਨੂੰ ਜੋਬ ਵੀ ਮਿਲਦੀ ਆ, ਔਰ ਫਿਰ ਉਸ ਦੇ ਬਿਹਾਫ ਤੇ, ਕਿਉਂਕਿ ਅੱਗੇ ਜਿਹੜੀ PR ਆ ਉਹ ਬੱਚਿਆਂ ਨੂੰ ਜੇ ਉਹਨਾਂ ਦੀ ਰੈਲੀਵੈਂਸੀ ਬਣਦੀ ਹੋਊਗੀ ਤੇ ਫਿਰ ਉਹਨਾਂ ਨੂੰ ਉਹਨਾਂ ਦੀ ਜੇ ਰੈਲੀਵੈਂਸੀ ਦੇ ਅਕੋਰਡਿੰਗ ਦੀ ਜਿਹੜੀ PR ਆ ਉਹ ਫਿਰ ਉਹਨਾਂ ਦੇ ਮਿਲਣ ਦੇ ਵਿੱਚ ਬਿਲਕੁਲ ਸਹਾਇਕ ਹੁੰਦੇ ਨੇ। ਵੀਰ ਜੀ ਅਗਰ ਆਪਾਂ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਤੁਸੀਂ ਇਸ
ਵੀਜ਼ਾ ਆਫਿਸ ਦੇ ਵਿੱਚ ਫਾਈਲਾਂ ਹੀ ਉਹ ਪਕੜਦੇ ਹੋ ਕਿਉਂਕਿ ਤੁਸੀਂ ਐਜੂਕੇਟਡ ਬੰਦੇ ਹੋ, ਪਹਿਲਾਂ ਹੀ ਦੇਖ ਲੈਂਦੇ ਹੋ ਬੰਦੇ ਨੂੰ। ਜਿੱਦਾਂ ਵੀਰ ਜੀ ਨੇ ਕਿਹਾ ਵੀ ਸਿਕਸ ਬੈਂਡ ਈਚ, ਤੁਸੀਂ ਪਲੱਸ ਟੂ ਦੇ ਵਿੱਚੋਂ ਹੁਣ ਤੁਸੀਂ ਆਪਣੇ ਐਗਜ਼ਾਮ ਦੇ ਰਹੇ ਹੋ, ਉਹਦੇ ਨਾਲ ਨਾਲ ਅੱਗੇ ਜਾ ਕੇ ਆਈਲੈਟਸ ਦੇ ਐਗਜ਼ਾਮ ਦੇਣਾ ਤੇ ਸਿਕਸ ਬੈਂਡ ਈਚ ਹੋਣ। ਜਿਸ ਤਰੀਕੇ ਨਾਲ ਤੁਸੀਂ ਅਗਲਾ ਕਹਿੰਦਾ ਚਾਰ ਬੈਂਡ ਆ ਗਏ ਭਾਈ, ਤੇਰਾ ਵੀਜ਼ਾ ਲਵਾ ਦਾਂਗੇ, ਤੇਰੇ ਅਸੀਂ ਫੰਡ ਸ਼ੋਅ ਕਰ ਦਾਂਗੇ, ਤੁਸੀਂ ਇਸ ਸਥਾਨ ਦੇ ਉੱਪਰ ਉਹੀ ਚੀਜ਼ਾਂ ਕਰਦੇ ਹੋ ਜਿਹੜੀਆਂ ਕੈਪੇਬਲ ਹੈਗੀਆਂ ਔਰ ਜਿਹੜੀਆਂ ਹੋ ਸਕਦੀਆਂ। जी असल दे विच जिद्दां मार्केट दे विच सिनेरियो चल रहा, क्योंकि अज वीज़ा ऑफिसर बहुत सारे ने, असी नहीं कह रहे कि असी साडे कोल आओ, जां तुसीं पर्टिकुलर किसी का नाम लैके असी किसी नूं ना ते किसी नूं बदनाम करना चाहुंदे आ जां ना ही किसी नूं हाईलाइट करना चाहुंदे आ। पर फिर भी मैं एक रिक्वेस्ट जरूर अपने व्यूअर्स नूं करना चाहूँगा कि जदों भी तुसीं अपनी जिहड़ी प्रोफाइल आ, जे तुहाडी बिगनिंग ही अच्छी नहीं हुई, हुण मान लो तुसीं स्कोर लैके 5.5 बैंड किसी वीज़ा ऑफिसर कोल चल जांदे हो, अपने भोलेपन नाल कह देंदे हो भी कोई गल नहीं मैनूं जिथे मर्जी पहुँचा दिओ, जिथों मेरा बस वीज़ा लवा दिओ, तो उही ऑफिसर जिहड़ा एजेंट आ उह तुहाडी इसे भोलेपन दा नजायज़ दा उह फायदा चुकदा वा, उह देखदा वा कि इहने हुण कह दित्ता ते मैं जिद्दां मर्जी। ਉਹ ਆਪਣੀ ਇੱਕ ਰਿਫਾਈਲ ਦੀ ਸ਼ੁਰੂਆਤ ਤੇ ਕਰ ਲੈਂਦੇ ਆ, ਸ਼ੁਰੂਆਤ ਦੇ ਵਿੱਚ ਕੋਈ 15,000 ਲੈ ਲਿਆ, 20,000 ਲੈ ਲਿਆ, ਤੇ ਐਂਡ ਵੇਲੇ ਜਦੋਂ ਤੁਹਾਡੀ ਰਿਫਿਊਜ਼ਲ ਆ ਗਈ, ਉਹਨਾਂ ਨੇ ਰਿਫਿਊਜ਼ਲ ਲੈਟਰ ਤੁਹਾਡੇ ਹੱਥ 'ਚ ਫੜਾ ਦੇਣੀ ਆ, ਤੇ ਉਹਦੇ ਵਿੱਚ ਨੁਕਸਾਨ ਕਿਹਦਾ ਹੋਇਆ? 15-20,000 ਉਹ ਮੰਨ ਲਓ 10 ਕੇਸਾਂ ਨੂੰ ਵੀ ਕੱਢਦੇ, ਅਗਲੇ ਏਜੰਟ ਦਾ ਕੰਮ ਤੇ ਚੱਲ ਜਾਏਗਾ, ਪਰ ਤੁਹਾਡਾ ਉਹਦੇ ਵਿੱਚ ਸਾਰੀ ਉਮਰ ਦਾ ਇੱਕ ਹਿਸਾਬ ਦਾ ਉਹ ਧੱਬਾ ਲੱਗ ਜਾਂਦਾ ਵਾ, ਜਿਸ ਨੂੰ ਤੁਸੀਂ ਨਾ ਚਾਹੁੰਦੇ ਹੋਵੇ ਨਹੀਂ ਮਿਟਾ ਸਕਦੇ। ਉਹ ਕਦੇ ਨਾ ਕਦੇ ਚਾਹੇ ਕੋਈ ਉਹ ਕੰਟਰੀ ਕੋਈ ਸ਼ਫਲ ਵੀ ਕਰੋਗੇ, ਅੱਜ ਕੈਨੇਡਾ ਲਈ ਅਪਲਾਈ ਕਰੋਗੇ, ਚੱਲ ਕੱਲ੍ਹ ਨੂੰ ਫਿਰ ਆਸਟ੍ਰੇਲੀਆ ਲਈ ਕਰੋਗੇ, ਉਹ ਕਿਤੇ ਨਾ ਕਿਤੇ ਇੱਕ ਜਿਹੜੀ ਵਾਅਦਾ ਵਾ ਉਹ ਜਿਹੜੀ ਬਣੀ ਰਹੇਗੀ। ਇਸ ਕਰਕੇ ਤੁਸੀਂ ਇਹ ਬੇਨਤੀ ਨੂੰ ਇਸ ਨੂੰ ਜ਼ਰੂਰ ਪ੍ਰਵਾਨ ਕਰਨਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਪ੍ਰੋਫਾਈਲ ਆ ਉਹਨੂੰ ਬੈਟਰ ਕਰੋ। ਉਹਦੇ ਵਿੱਚ ਸਭ ਤੋਂ ਜਿਹੜਾ ਮੇਨ ਸਟੈਪ ਆ, ਤੁਸੀਂ ਜੇ ਪਲੱਸ ਟੂ ਕਰ ਰਹੇ ਹੋ ਤੇ ਪਲੱਸ ਟੂ ਦੇ ਵਿੱਚ ਅੱਛੇ ਮਾਰਕਸ ਸਕੋਰਿੰਗ ਕਰਨ ਦੀ ਸੋਚੋ, ਫਿਰ ਤੁਸੀਂ ਉਸ ਤੋਂ ਬਾਅਦ ਆਈਲੈਟਸ ਦੀ ਫਿਰ ਸੋਚਣਾ, ਆਈਲੈਟਸ ਦੇ ਵਿੱਚ ਫਿਰ ਸਕੋਰਿੰਗ ਕਰਨ ਤੋਂ ਬਾਅਦ ਫਿਰ ਇੱਕ ਅੱਛੇ ਵੀਜ਼ਾ ਕੰਸਲਟੈਂਟ ਨੂੰ ਲੱਭੋ, ਫਾਇੰਡ ਆਊਟ ਕਰੋ ਵੀ ਤੁਹਾਡੀ ਮਾਰਕੀਟ ਦੇ ਵਿੱਚ ਤੁਹਾਡੇ ਏਰੀਏ ਦੇ ਵਿੱਚ ਕੌਣ ਇੱਕ ਅੱਛੀ ਸਰਵਿਸ ਪ੍ਰੋਵਾਈਡ ਕਰ ਰਿਹਾ, ਫਿਰ ਤੁਸੀਂ ਇੱਕ ਦੋ ਜਗ੍ਹਾ ਤੇ ਜਾ ਕੇ ਉੱਥੇ ਤੁਸੀਂ ਗੂਗਲ ਉਹਨਾਂ ਨੂੰ ਵਾਚ ਆਊਟ ਕਰੋ, ਉਹਨਾਂ ਦੀ ਸਲਾਹ ਲਓ ਤੇ ਫਿਰ ਇੱਕ ਸਾਰੀਆਂ ਸਲਾਹਾਂ ਨੂੰ ਇੱਕ ਕੰਬਾਈਂਡ ਕਰਕੇ ਆਪਣੀ ਫਾਈਲ ਦੇ ਤੁਸੀਂ ਅੱਗੇ ਥਰੂ ਆਊਟ ਪ੍ਰੋਪਰ ਚੈਨਲ ਨਾਲ ਆਪਾਂ ਚੱਲ ਸਕਦੇ ਹਾਂ। ਦੇਖੋ ਆਪਣੇ ਨਾਲ ਅੱਜ ਕਾਉਂਸਲਿੰਗ ਕਰ ਰਿਹਾ, ਆਪਾਂ ਇਹਨੂੰ ਇੰਟਰਵਿਊ ਨਹੀਂ ਕਹਿ ਸਕਦੇ, ਕਾਉਂਸਲਿੰਗ ਕਰਨ ਦੇ ਲਈ ਆਪਣੇ ਨਾਲ ਦੋ ਬੁੱਧੀਜੀਵੀ ਜਿਹੜੇ ਕਿ ਐਜੂਕੇਸ਼ਨਿਸਟ ਨੇ ਔਰ ਆਪਣੇ ਦਰਸ਼ਕਾਂ ਨੂੰ ਬਹੁਤ ਵਧੀਆ ਵਧੀਆ ਜਾਣਕਾਰੀਆਂ ਦੇ ਰਹੇ ਨੇ। ਬਾਈ ਸਾਨੂੰ ਦੱਸੋ ਕਿ ਜਿੱਦਾਂ ਤੁਸੀਂ ਤਰਨ ਤਾਰਨ 'ਚ ਬੈਠੇ ਹੋ ਔਰ ਹੁਣ ਪਲੱਸ ਟੂ ਦੇ ਐਗਜ਼ਾਮ ਜਿਹੜੇ ਹੈਗੇ ਆ ਉਹ ਹੋ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਹੁਣ ਐਪਰੋਪਰੀਏਟ ਟਾਈਮ ਹੈ ਕਿ ਉਹ ਹੁਣ ਅਗਰ ਉਹਨਾਂ ਨੇ ਆਈਲੈਟਸ ਦਾ ਕੋਰਸ ਕਰਨਾ ਹੈਗਾ ਤਾਂ ਛੁੱਟੀਆਂ ਵੀ ਆ ਗਈਆਂ ਹੈਗੀਆਂ ਤੇ ਇਸ ਸੀਜ਼ਨ ਦੇ ਵਿੱਚ ਕਰਨ ਤੇ ਇਹ ਸੀਜ਼ਨ ਜਿਹੜਾ ਹੈਗਾ ਮੈਕਸੀਮਮ ਸੀਜ਼ਨ, ਕਿਉਂਕਿ ਅੱਗੇ ਜਾ ਕੇ ਸਟੂਡੈਂਟ ਵੀਜ਼ੇ ਦਾ ਜਿਹੜਾ ਹੈਗਾ ਕਿਸ ਮਹੀਨੇ ਦੇ ਵਿੱਚ ਫਾਈਲਾਂ ਜਿਹੜੀਆਂ ਹੈਗੀਆਂ ਲੱਗਣੀ? ਦੇਖੋ ਜੀ, ਮੈਨੂੰ ਲੱਗਦਾ ਕਿ ਪਲੱਸ ਟੂ ਦੇ ਇਗਜ਼ਾਮ 10 ਕੁ ਦਿਨ ਤੱਕ ਖਤਮ ਹੋ ਰਹੇ ਨੇ, ਤਾਂ ਮੈਂ ਰਿਕਮੈਂਡ ਕਰੂੰਗਾ ਪਹਿਲਾਂ ਤਾਂ ਸਾਡਾ ਜਿਹੜਾ ਆਇਲਸ ਦਾ ਸੈਂਟਰ ਹੈਗਾ, ਆਇਲਸ ਐਂਡ ਪੀ ਟੀ ਦਾ, ਦੈਟ ਇਜ਼ ਅਬਰੋਡ ਐਡੂਕੇਅਰ ਚਬਾਲ ਦੇ ਵਿੱਚ, ਇਹ ਹੈਗਾ ਆ ਭਿੱਖੀ ਵਿੰਡ ਰੋਡ 'ਤੇ। ਸੋ ਜਿਹੜੇ ਵੀ ਬੱਚੇ ਨੇੜੇ ਤੇੜੇ ਦੇ ਪਿੰਡਾਂ ਦੇ ਹੈਗੇ ਨੇ ਜਾਂ ਕਿਸੇ ਸ਼ਹਿਰ ਦੇ ਵੀ ਹੈਗੇ ਨੇ ਤਾਂ ਸੋ ਉਹ ਜਾ ਸਕਦੇ ਹੈਗੇ ਆ। ਜਿਹੜਾ ਤੁਸੀਂ ਸਵਾਲ ਪੁੱਛਿਆ ਹੈਗਾ ਕਿ ਪੇਪਰਾਂ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਰਿਜ਼ਲਟ ਦੀ ਵੇਟ ਨਹੀਂ ਕਰਨੀ ਚਾਹੀਦੀ, ਜਿਹੜੀ ਜ਼ਰੂਰੀ ਚੀਜ਼ ਇੱਥੇ ਹੈਗੀ ਆ ਕਿ ਉਹਦੇ ਨਾਲ ਵੀ ਬੱਚੇ ਨੂੰ ਇਹ ਨਹੀਂ ਹੈਗਾ ਕਿ ਮੈਂ ਵੇਟ ਕਰਦਾ ਹਾਂ ਰਿਜ਼ਲਟ ਦੀ, ਉਸ ਤੋਂ ਬਾਅਦ ਮੈਂ ਤਿਆਰੀ ਕਰੂੰਗਾ ਇਸ ਦੀ, ਸੋ ਦਿਸ ਇਜ਼ ਵੈਰੀ ਰੋਂਗ। ਸੋ ਬੱਚਿਆਂ ਨੂੰ ਕੀ ਚਾਹੀਦਾ ਹੈਗਾ ਆ ਕਿ ਰਿਜ਼ਲਟ ਆਉਣ ਦੀ ਵੇਟ ਨਹੀਂ ਕਰਨੀ, ਪਹਿਲਾਂ ਹੀ ਬੱਚੇ ਨੇ ਜਦੋਂ ਇਗਜ਼ਾਮ ਖਤਮ, ਲਾਸਟ ਇਗਜ਼ਾਮ ਹੋ ਰਿਹਾ ਆਫਟਰ 1 or 2 ਡੇਜ਼ ਦੇ ਵਿੱਚ ਵਿੱਚ ਆਪਦੀ ਕੋਚਿੰਗ ਜਿਹੜੀ ਹੈਗੀ ਆ ਆਇਲਸ ਔਰ ਪੀ ਟੀ ਦੀ ਉਹ ਸਟਾਰਟ ਕਰਨੀ ਹੈਗੀ ਆ। ਤਾਂ ਜੋ ਵੀ ਟਾਈਮ ਲੱਗਣਾ ਆ ਉਹ ਮੈਨੂੰ ਲੱਗਦਾ ਕਿ ਜੇ ਸੀ ਬੀ ਐਸ ਈ ਦਾ ਬੱਚਾ ਹੈਗਾ ਆ ਤਾਂ ਵਿਦ ਇਨ 1 month ਜਾਂ 2 month ਇਜ਼ ਇਨਫ ਫੋਰ ਪੀ ਟੀ ਔਰ ਆਇਲਸ, ਅਤੇ ਜੇ ਬੱਚਾ ਪੰਜਾਬ ਬੋਰਡ ਦਾ ਹੈਗਾ ਆ ਤਾਂ ਮੈਨੂੰ ਲੱਗਦਾ 3 to 4 ਮਹੀਨੇ ਇਨਫ ਹੈਗੇ ਆ ਜਿਹੜੇ ਆਇਲਸ ਕਰਨੀ ਹੈਗੀ ਆ। ਸੋ ਇਹ ਜਿਹੜਾ ਸਮਾਂ ਹੈਗਾ, ਜਿਵੇਂ ਜਿਵੇਂ ਰਿਜ਼ਲਟ ਤੁਹਾਡਾ ਆਊਗਾ ਉਦੋਂ ਤੱਕ ਜਿਹੜੀ ਆਇਲਸ ਦੀ ਪ੍ਰੈਪਰੇਸ਼ਨ ਆ ਉਹ ਤੁਹਾਡਾ ਰਿਜ਼ਲਟ ਉਹ ਆਇਲਸ ਦਾ ਵੀ ਨਾਲ ਨਾਲ ਹੀ ਦੇ ਦੇਣਾ ਆ ਤੁਸੀਂ ਪੇਪਰ। ਸੋ ਜਿਹੜੀਆਂ ਤੁਹਾਡੀਆਂ ਇਨਟੇਕ ਜਿਹੜਾ ਮਿਲਣਾ ਹੈਗਾ ਆ, ਸੋ ਵੀ ਟ੍ਰਾਈ ਫੋਰ January 23 ਇਨਟੇਕ ਫੋਰ ਕੈਨੇਡਾ ਐਂਡ ਜਿਹੜਾ ਆਸਟ੍ਰੇਲੀਆ ਦਾ ਇਨਟੇਕ ਜਿਹੜਾ ਨੈਕਸਟ ਆਊਗਾ ਪਲੱਸ ਟੂ ਵਾਲੇ ਬੱਚਿਆਂ ਲਈ, ਡੈਟ ਇਜ਼ February 23। ਸੋ ਇਹ ਜਿਹੜਾ ਇਨਟੇਕ ਅਵੇਲੇਬਲ ਹੈਗੇ ਨੇ ਸਾਡੇ ਕੋਲ।
ਸਰ ਜਿੱਦਾਂ ਛੁੱਟੀਆਂ ਲਈ ਤੁਸੀਂ ਇੱਕ ਹੌਬੀ ਕੋਰਸ ਰੱਖਿਆ ਇੱਕ ਮਹੀਨੇ ਦਾ ਇੰਗਲਿਸ਼ ਸਪੀਕਿੰਗ ਦੇ ਲਈ, ਮਤਲਬ ਕਿ ਇੰਗਲਿਸ਼ ਸਪੀਕਿੰਗ ਦੇ ਲਈ ਜਾਂ ਆਈਲੈਟਸ ਦੇ ਲਈ ਆਪਾਂ ਕਹਿ ਦਈਏ, ਇੱਕ ਮਹੀਨੇ ਦਾ ਤੁਸੀਂ ਸਪੀਕਿੰਗ ਜਿਹੜਾ ਕੋਰਸ ਰੱਖ ਰਹੇ ਹੋ ਕਿ 1 ਜੂਨ ਤੋਂ ਜਿਹੜਾ ਸ਼ੁਰੂ ਹੋਊਗਾ ਤਾਂ 1 ਜੂਨ ਤੋਂ ਲਾ ਕੇ 1 ਜੁਲਾਈ ਤੱਕ ਹੋਏਗਾ, ਉਹਦੇ 'ਚ ਆਮ ਜਿਹੜੀਆਂ ਵੂਮੈਨਸ ਹੈਗੀਆਂ ਘਰੇ ਬੈਠੀਆਂ ਜਿਹੜੀਆਂ ਉਹ ਚਾਹੁੰਦੀਆਂ ਕਿ ਅਸੀਂ ਕਿਸੇ ਨਾਲ ਗੱਲਬਾਤ ਕਰਨੀ ਹੈ ਇੰਗਲਿਸ਼ 'ਚ ਅਸੀਂ ਕਰ ਸਕੀਏ, ਕਿਸੇ ਨੂੰ ਇੰਟਰਵਿਊ ਦੇਣੀ ਹੈ ਅਸੀਂ ਇੰਟਰਵਿਊ ਦੇ ਲਈ ਅਸੀਂ ਪ੍ਰਿਪੇਅਰ ਹੋ ਜਾਈਏ, ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰਨਾ ਹੈਗਾ, ਕੋਈ ਪਾਰਟੀ ਸੇਟ ਦੇ 'ਚ ਅਸੀਂ ਜਾਂਦੇ ਹਾਂ, ਕਿਸੇ ਹੋਟਲਾਂ 'ਚ ਜਾਂਦੇ ਹੈਗੇ ਹਾਂ, ਤਾਂ ਸਾਨੂੰ ਇੰਗਲਿਸ਼ ਬੋਲਣ ਨਿਕ ਆ ਜਾਵੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ 1 ਮਹੀਨੇ ਦਾ ਹੌਬੀ ਕੋਰਸ ਤੁਸੀਂ ਕੇਵਲ ਝਬਾਲ ਹੀ ਰੱਖਿਆ ਕਿ ਇੱਥੇ ਵੀ ਨਾਲ ਅਟੈਚ ਕਰੋਗੇ ਜਨ ਜੂਨ ਦੇ ਮਹੀਨੇ 'ਚ? ਦੇਖੋ ਟਰਾਈ ਕਰ ਰਹੇ ਹਾਂ ਅਸੀਂ ਕਿ ਇੱਥੇ ਵੀ ਜਿਹੜਾ ਭਾਅ ਜੀ ਨੇ ਦੱਸਿਆ ਹੈ ਕਿ ਕੋਰਸ ਜਿਹੜਾ 1 ਮੰਥ ਕੋਰਸ ਹੈਗਾ ਆ ਉਹ ਅਸੀਂ ਟਰਾਈ ਕਰਾਂਗੇ, ਬਟ ਜਿਹੜਾ ਰੀਸੈਂਟਲੀ ਹੁਣ ਚੱਲ ਹੀ ਰਿਹਾ ਹੈਗਾ ਉਹ ਝਬਾਲ ਤਾਂ ਵਿੱਚ ਦਾ ਚੱਲ ਹੀ ਰਿਹਾ ਹੈਗਾ, ਸੋ ਜਿਹੜੇ ਬੱਚੇ ਜਾਂ ਜਿਹੜੇ ਘਰੇ ਜਿਨ੍ਹਾਂ ਨੇ ਇੰਟਰਵਿਊ ਪ੍ਰੈਪਰੇਸ਼ਨ ਕਰਨੀ ਹੈਗੀ ਆ ਤਾਂ ਉੱਥੇ ਸਾਡੇ ਟੀਚਰਸ ਜਿਹੜੇ ਹੈਗੇ ਨੇ ਅਵੇਲੇਬਲ ਨੇ, ਸੋ ਉਹ ਕੋਈ ਵੀ ਜਿਹੜਾ ਬੱਚਾ ਜਾਂ ਸਟੂਡੈਂਟ ਕੋਈ ਵੀ ਹੈਗਾ ਉਹ ਜਾ ਸਕਦਾ ਹੈਗਾ ਆ, ਸੋ ਵੀ ਕੈਨ ਮਤਲਬ ਟਰਾਈ ਅਵਰ ਲੈਵਲ ਬੈਸਟ ਕਿ ਅਸੀਂ ਤਰਨ ਤਾਰਨ ਦੇ ਵਿੱਚ ਵੀ ਆਇਲਸ ਜਾਂ ਪੀਟੀ ਦਾ ਨੈਕਸਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਸੀਂ ਲੈ ਕੇ ਆਈਏ। ਵੀਰ ਜੀ, ਯੂ ਆਰ ਐਨ ਇੰਸਟੀਟਿਊਸ਼ਨ ਬੜੇ ਲੰਬੇ ਡੈਡੀ ਤੁਹਾਡੇ ਦੋਨਾਂ ਕੋਲੇ, ਸਾਨੂੰ ਸਮਾਂ ਦੇਣ ਦੇ ਲਈ ਔਰ ਇਹ ਚੈਨਲ ਦੇ ਨਾਲ ਅਟੈਚ ਹੋਣ ਦੇ ਲਈ, ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨ ਦੇ ਲਈ ਤੁਹਾਡਾ ਦੋਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਭਾਅ ਜੀ। ਥੈਂਕ ਯੂ ਸੋ ਮਚ।